गुड मॉर्निंग एवरीवन। हेलो, सत श्री अकाल सारिआं नूं। सो पहला तां मैनूं इह दस्सो कि कौन कौन इदां सारा दिन बैठ के या तां मोबाइल नाल खेलदा है ते या फिर कुछ लिखदा रहिंदा है। तुहाडी इह पोजिशन हुंदी है सारा दिन या फिर इदां? गुड मॉर्निंग एवरीवन। गुड मॉर्निंग, गुड मॉर्निंग, गुड मॉर्निंग। सत श्री अकाल जी सारिआं नूं। गुड मॉर्निंग। सो प्लीज मैनूं जल्दी जल्दी दसो कि कौन सारा दिन ऐदां फोन नाल लग्या रहिंदा, सारा दिन सिर झुका के वेरी गुड जो भी लगे रहिंदे हो, बहुत वधिया। ਤੁਹਾਡਾ ਜਿਹੜਾ ਲੱਕ ਹੈ, ਤੁਹਾਡੀ ਜਿਹੜੀ ਸਰਵਾਈਕਲ ਹੈ, ਤੁਹਾਡੀ ਜਿਹੜੀ ਬੈਕ ਪੇਨ ਹੈ, ਤੁਹਾਡੇ ਜਿਹੜੇ ਸ਼ੋਲਡਰ ਹੈ, ਉਹ 100 ਸਾਲ ਤੱਕ ਇਦਾਂ ਹੀ ਝੁਕੇ ਹੀ ਰਹਿਣੇ ਆ। ਤੁਹਾਨੂੰ ਪਤਾ ਹੈ ਕਿ ਜਦੋਂ ਵੀ ਸਾਨੂੰ ਕਿਸੇ ਨੂੰ ਵੀ ਸਰਵਾਈਕਲ ਪੇਨ, ਸਟਿਫ ਸ਼ੋਲਡਰਸ, ਅਪਰ ਬੈਕ ਸਟਿਫ, ਲੋਅਰ ਬੈਕ ਸਟਿਫ ਹੁੰਦੀ ਹੈ ਡਿਊ ਟੂ ਦਿਸ ਪੋਜੀਸ਼ਨ। ਦੇਖੋ ਹੁਣ ਮੈਂ ਇੱਦਾਂ ਝੁਕੀ ਹੋਈ ਹਾਂ, ਸਪੋਜ਼ ਮੈਂ ਇੱਦਾਂ ਬੈਠੀ ਨਹੀਂ, ਆਹ ਦੇਖੋ ਮੇਰਾ ਹੱਥ, ਠੀਕ ਹੈ, ਤੁਹਾਨੂੰ ਮੈਂ ਦਿਖਾਈ ਦੇ ਰਹੀ ਹਾਂ। ਬਿਲਕੁਲ ਸਾਡੀ ਬੈਕ ਉਮਰ ਤੋਂ ਪਹਿਲਾਂ ਹੀ ਖਤਮ ਹੋ ਜਾਏਗੀ। ਮੈਂ ਤਾਂ ਕਹਿੰਦੀ ਹਾਂ ਉਮਰ ਵੀ ਨਹੀਂ ਆਉਣੀ, ਪਹਿਲਾਂ ਹੀ ਖਤਮ ਹੋ ਜਾਣੀ ਹੈ। ਸੋ ਗੁੱਡ ਮਾਰਨਿੰਗ ਐਵਰੀਵਨ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਐਵੇਂ ਆਡੀਬਲ ਆਵਾਜ਼ ਆ ਰਹੀ ਹੈ ਮੇਰੀ? ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਅਨਾਊਂਸ ਕਰਨਾ ਚਾਹੁੰਦੀ ਹਾਂ ਕਿ 16 ਸਪਟੰਬਰ ਸ਼ਾਮੀ 7:30 ਵਜੇ ਯਾਨੀ ਕਿ ਫਰਾਈਡੇ ਨੂੰ ਅਸੀਂ ਵੈਬੀਨਾਰ ਲੈ ਕੇ ਆ ਰਹੇ ਹਾਂ। ਸੋ ਮੈਂ ਲਾਈਵ ਵਿੱਚ ਸਾਰੀਆਂ ਭੈਣਾਂ ਨੂੰ ਦੱਸਣਾ ਚਾਹੁੰਦੀ ਹਾਂ, ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਵੈਬੀਨਾਰ ਨੂੰ ਬੁੱਕ ਕੀਤਾ, ਆਪਣੇ ਆਪ ਨੂੰ ਦਿਸ ਫਰਾਈਡੇ, ਅੱਜ ਮੰਡੇ ਹੈ, ਫਰਾਈਡੇ ਨੂੰ 16 ਸਪਟੰਬਰ ਸ਼ਾਮੀ 7:30 ਵਜੇ ਇੰਡੀਆ ਟਾਈਮ ਤੁਸੀਂ ਅਵੇਲੇਬਲ ਰਹਿਣਾ। 1 ਘੰਟੇ ਪਹਿਲੇ ਤੁਹਾਨੂੰ ਸਾਰਿਆਂ ਨੂੰ ਜ਼ੂਮ ਦਾ ਲਿੰਕ ਆ ਜਾਏਗਾ ਐਂਡ ਤੁਸੀਂ ਉਹਨੂੰ ਅਕਸੈਪਟ ਕਰਨਾ ਐਂਡ ਉਹਦੇ ਨਾਲ ਤੁਹਾਨੂੰ ਜਿਹੜਾ ਵੈਬੀਨਾਰ ਹੈ ਤੁਸੀਂ ਉਹਨੂੰ ਜੁਆਇਨ ਕਰ ਲਓਗੇ ਔਰ ਸਾਡਾ ਵੈਬੀਨਾਰ ਦਾ ਸੈਸ਼ਨ ਚੱਲੇਗਾ ਜਿੰਨੀ ਦੇਰ ਵੀ ਚੱਲ ਸਕਦਾ। ਉਸ ਤੋਂ ਬਾਅਦ ਅਸੀਂ ਉਹਨੂੰ ਸਾਰੀਆਂ ਭੈਣਾਂ ਜਿਨ੍ਹਾਂ ਨੇ ਵੀ ਅਪੁਆਇੰਟਮੈਂਟ ਨੂੰ ਬੁੱਕ ਕੀਤਾ ਔਰ ਵੈਬੀਨਾਰ ਨੂੰ ਬੁੱਕ ਕੀਤਾ ਉਹਨਾਂ ਸਾਰਿਆਂ ਨਾਲ ਪਰਸਨਲੀ ਗੱਲ ਹੋਏਗੀ ਔਰ ਸ਼ਾਇਦ ਤੁਹਾਨੂੰ ਵਟਸਐਪ ਵੀ ਆਇਆ ਹੋਏਗਾ। ਪਲੀਜ਼ ਆਪਣੇ ਆਪਣੇ ਫੋਨ ਚੈੱਕ ਕਰੋ, ਆਪਣੇ ਆਪਣੇ ਈਮੇਲਸ ਚੈੱਕ ਕਰੋ, ਤੁਹਾਨੂੰ ਵਟਸਐਪ ਆਇਆ ਹੋਏਗਾ। ਉੱਥੇ ਤੁਸੀਂ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਇਹ ਸਾਰਾ ਕੁਝ ਤੁਸੀਂ ਲਿਖ ਕੇ ਭੇਜੋ। ਤੁਹਾਡੀਆਂ ਪ੍ਰੋਪਰ ਲਿਸਟ ਬਣਾਈਆਂ ਜਾਣਗੀਆਂ ਐਂਡ ਉਸ ਤੋਂ ਬਾਅਦ ਵੈਬੀਨਾਰ ਦੇ ਵਿੱਚ ਤੁਹਾਡੇ ਨਾਲ ਪਰਸਨਲੀ ਗੱਲ ਕੀਤੀ ਜਾਏਗੀ। ਹਰ ਭੈਣ ਨੂੰ ਮੌਕਾ ਮਿਲੇਗਾ ਆਪਣੀ ਪ੍ਰੋਬਲਮ ਸਾਂਝੀ ਕਰਨ ਦਾ ਤੇ ਉਹਦੇ ਲਈ ਤੁਹਾਨੂੰ ਮੈਂ ਐਡਵਾਂਸ ਲੈਵਲ ਦੇ ਟਿਪਸ ਦੱਸਾਂਗੀ ਤੁਸੀਂ ਕਿਵੇਂ ਇਸ ਪ੍ਰੋਬਲਮ ਤੋਂ ਬਾਹਰ ਆ ਸਕਦੇ ਹੋ। ਐਂਡ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈ ਤੁਹਾਡੇ ਸਾਰਿਆਂ ਲਈ, ਉਸ ਦਿਨ ਸਾਡੇ ਨਾਲ ਲਾਈਵ ਵੈਬੀਨਾਰ ਲਾਈਵ ਵਿੱਚ ਸਪੈਸ਼ਲ ਗੈਸਟ ਆ ਰਹੇ। ਇਹ ਕੌਣ ਹੈ? ਬਹੁਤ ਬਿਜ਼ੀ ਗੈਸਟ ਹੈ ਜਿਨ੍ਹਾਂ ਨੂੰ ਆਮ 100% ਸ਼ੋਰ ਤੁਸੀਂ ਸਾਰੇ ਦੇਖ ਕੇ ਖੁਸ਼ ਹੋ ਜਾਓਗੇ, ਬਹੁਤ ਹੀ ਖੁਸ਼ ਹੋ ਜਾਓਗੇ, ਬੜੇ ਐਕਸਾਈਟਿਡ ਹੋ ਜਾਓਗੇ ਉਹਨੂੰ ਦੇਖਣ ਤੋਂ ਬਾਅਦ ਕਿ ਵਾਓ, ਸਾਰਿਆਂ ਦੇ ਮੂੰਹ ਚੋਂ ਇੱਕੋ ਗੱਲ ਨਿਕਲੇਗੀ ਕਿ ਵਾਓ, ਯੈਸ। ਸੋ ਸਾਰੀਆਂ ਭੈਣਾਂ ਵਧੀਆ ਵਧੀਆ ਜਲਦੀ ਜਲਦੀ ਸੂਟ ਸਵਾ ਲਓ, ਵਧੀਆ ਵਧੀਆ ਆਪਣੇ ਕੱਪੜੇ ਸਵਾ ਲਓ। ਜਿੰਨਾ ਵੀ ਭੈਣਾਂ ਨੇ ਵੈਬੀਨਾਰ ਨੂੰ ਬੁੱਕ ਕੀਤਾ, ਅਸੀਂ ਫਰਾਈਡੇ ਨੂੰ ਸ਼ਾਮੀ 7:30 ਵਜੇ ਮਿਲਾਂਗੇ ਇੰਡੀਆ ਟਾਈਮ। 1 ਦਿਨ ਪਹਿਲਾਂ ਜਾਂ ਫਿਰ 1 ਘੰਟਾ ਪਹਿਲਾਂ, ਮੇਰੇ ਖਿਆਲ 1 ਦਿਨ ਪਹਿਲਾਂ। ਹਾਂਜੀ, ਅਗਰ ਟੀਮ ਇੱਥੇ ਅਵੇਲੇਬਲ ਹੈ ਉਹ ਦੱਸ ਸਕਦੀ ਹੈ ਕਿ ਕਦੋਂ ਤੱਕ ਉਹਨਾਂ ਨੂੰ ਲਿੰਕ ਦਿੱਤਾ ਜਾਏਗਾ। ਆਈ ਥਿੰਕ 1 ਡੇ ਬਿਫੋਰ। ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਜਸਰੀਨ ਜੀ, ਸਤਿ ਸ਼੍ਰੀ ਅਕਾਲ ਜੀ, ਲਵ ਯੂ। ਕਿਵੇਂ ਹੋ ਤੁਸੀਂ? ਹਾਊਜ਼ ਯੋਰ ਡਾਇਟ ਗੋਇੰਗ ਔਨ? ਹਾਂਜੀ ਪਲੀਜ਼ ਟੀਮ, ਆਈ ਥਿੰਕ 1 ਦਿਨ ਪਹਿਲਾਂ ਉਹਨਾਂ ਨੂੰ ਲਿੰਕ ਜਾਏਗਾ, ਜ਼ਰੂਰ ਦੱਸਿਓ। ਸੋ ਅੱਜ ਆਪਾਂ ਗੱਲ ਕਰਾਂਗੇ, ਹਾਂਜੀ ਜਿਨ੍ਹਾਂ ਨੂੰ ਵੀ ਵੈਬੀਨਾਰ ਦੇ ਰਿਗਾਰਡਿੰਗ ਕੋਈ ਵੀ ਕਨਫਿਊਜ਼ਨ ਹੈ, ਮੈਂ ਕੱਲ੍ਹ ਵੀਡੀਓ ਪਾਈ ਸੀ 16 ਸਪਟੰਬਰ ਸ਼ਾਮੀ 7:30 ਵਜੇ ਨੂੰ ਆਪਾਂ ਵੈਬੀਨਾਰ ਸ਼ੁਰੂ ਕਰਾਂਗੇ। 1 ਦਿਨ ਪਹਿਲਾਂ ਸਾਰੇ ਕੋਲ ਲਿੰਕ ਚੱਲ ਜਾਏਗਾ, ਬਟ ਤੁਸੀਂ ਉਹਨੂੰ ਉਦੋਂ ਹੀ ਜੁਆਇਨ ਕਰਨਾ ਜਦੋਂ ਤੁਹਾਨੂੰ ਇੰਸਟਰਕਸ਼ਨ ਦਿੱਤੀਆਂ ਜਾਣਗੀਆਂ ਤੇ ਸਾਰੀਆਂ ਭੈਣਾਂ ਨੇ ਰੈਡੀ ਰਹਿਣਾ, ਨੈਟਵਰਕ ਏਰੀਆ ਦੇ ਵਿੱਚ ਰਹਿਣਾ, ਸੋ ਦੈਟ ਕਿਸੇ ਦਾ ਵੀ ਆਪਾਂ ਟਾਈਮ ਨਾ ਖਰਾਬ ਕਰੀਏ। ਬੜਾ ਪ੍ਰੇਸ਼ੀਅਸ ਟਾਈਮ ਹੈ, ਬੜੇ ਲਿਮਿਟਿਡ ਟਾਈਮ ਲਈ ਆਪਾਂ ਵੈਬੀਨਾਰ ਚਾਹ ਰਹੇ ਹਾਂ। ਜਿਹੜੇ ਗੈਸਟ ਆ ਰਹੇ ਹੈ ਉਹਨਾਂ ਨੂੰ ਵੀ ਬੜੇ ਲਿਮਿਟਿਡ ਟਾਈਮ ਲਈ ਰਿਕੁਐਸਟ ਕੀਤੀ ਗਈ ਕਿ ਤੁਸੀਂ ਆਉਣਾ। ਸੋ ਆ ਰਹੇ ਹੈ, ਸੋ ਇਹ ਸਾਰਾ ਕੁਝ ਆਪਾਂ ਕਰਾਂਗੇ। ਹਾਂਜੀ ਗੁੱਡ ਡੇ ਜੀ, ਗੁੱਡ ਡੇ, ਗੁੱਡ ਡੇ।
हाँ जी, सो आज असी गल करांगे जिन्ना नु भी सर्वाइकल पेन हुंदी है, अपर बैक पेन या लोअर बैक पेन या मोढे स्टिफ रहिंदे, इहदा की रीजन है। देखो मैं तुहानू दस्सदी हां, जदों भी सानू फिजिकली या इमोशनल स्ट्रेस हुंदा ना, इहदा सब तों वड्डा आही कारण, सब तो वड्डा तुसी देख लो, जे तुसी खुश होवोगे, जदों कोई भी इंसान खुश हुंदा है उहनू किते भी दर्दा नहीं हुंदिया। अज मैं थोड़ी देर लई टेंशन च आ जाऊंगी ना, मैं डिप्रेस्ड हो जाऊंगी, मैनू कोई गलत गल कह देगा, मैनू कोई अपसेट कर देगा, ते मैं नाल दे नाल मैं जिहड़े मेरा ब्रेन दा सिग्नल है ना, उह सैड हॉर्मोन्स रिलीज करने शुरू कर देगा, ते मेरे कितना कितना दर्द होनी शुरू हो जाएगी। वह दर्द नहीं हुंदी, वह जिहड़ा मेरा ब्रेन है वह गलत कैमिकल रिलीज कर रहा है, दर्द वाले कैमिकल रिलीज कर रहा है, सैड कैमिकल रिलीज कर रहा है, ना चाहते हुए भी। जो साढ़े दिमाग में साड़ी बॉडी में किसी एक एंगल में लैके सैडनेस होंगी है ना, ये थोड़े वेट में लैके हो सकती है, थोड़े मतलब कोई भी थोड़ी चिंता, थोड़ी कोई भी बरी, कई बार सानू मेनोपॉज करके हो जाती, कई बार सानू जॉब करके हो जाती, कई बार सानू बच्चों करके हो जाती, कई बार सानू पार्टनर करके हो जाती, इट कैन बी एनी रीजन। तुसी नोट करके देखियो, जिहड़ा इंसान खुश रहिंदा होएगा, वधिया रहिंदा होएगा, उहनू कदे भी दर्दां नहीं होणगीआं, बट जिहड़ा इंसान किसी ना किसी स्ट्रेस विच, किसी ना किसी कोई ना कोई गल उहदे दिमाग च घूमती रहेगी, इमोशनल स्ट्रेस कहिंदे इहनूं, उहनू फिजिकल स्ट्रेस, फिजिकल पेन्स होणियां शुरू हो जाणगीआं। तुसी अजमा के देख लो, जदों भी तुहानूं दर्द हुंदी है ना, तुसी कल्ले बैठना और सोचना कि मैं की सोचदी पई आं, मैनूं कीड़ी टेंशन है, कुछ स्किंटा विचो घटनी शुरू हो जाएगी। एंड विच मैं थानू एक्यूप्रेशर पॉइंट दसांगी जो बहुत ईजी है, जिन्हां नू बड़े सालों तो लक च दर्द है, तुरिया नहीं जांदा, पैरां च स्वेलिंग आ गई है, तुसी इस एक्यूप्रेशर पॉइंट नू जिद्दां ही प्रेस करोगे थानू रिलीफ मिलना शुरू हो जाएगा। सो हां जी, रेडी हो जी सारे जने, हाँ जी, गुड मॉर्निंग गुड मॉर्निंग गुड मॉर्निंग जी। सो जिन्ना भी भैड़ा दे कोई भी क्वारीज है, www.counselingwithgc.com मेरी वैबसाइट पर जाके तुसी अपनी प्रॉब्लम्स लिख सकते हो, थानू केड़े प्रोडक्ट्स चाहिए है, स्किन ली, हेयर ली, बॉडी ली, उस सारा तुसी जाके उत्थे लिख सकते हो। गुड मॉर्निंग जी, गुड मॉर्निंग गुड मॉर्निंग किरण जी, गुड मॉर्निंग एवरीवन। सो लेट्स स्टार्ट। सब तो पहला आपां नेक तो ही शुरू करते हैं, तुसी इस पोजीशन विच बैठ सकते हो, वज्रासन विच तुसी किसे भी कीमत ते नेक नू नीचे नहीं लेके जाना, क्योंकि जो आप नेक नू नीचे लेके जावांगे साडियां ये सारियां नसां पेन होणगीआं। सब तो पहला तो थोड़ा जा वार्म अप करके आना, थोड़ा जा ध्यान लगाना, अर्ली मॉर्निंग उठना जो मैं ऑलवेज दसदी हाँ, तो जदों भी तुसी बैक रिलेटेड कोई भी योगा करना, 5 to 10 मिनट तुसी ये आसनस नू करो और फिर तुसी देखियो अपनी नेक नू तुसी बिल्कुल स्लो करना है। जिस स्पीड च मैं कर रही हूं तुसी इस नू भी घटा सकते हो। देखो क्योंकि जदों बैक विच पेन हुंदी है उदों इंसान हिल भी नहीं सकदा, साह भी नहीं लै सकदा, बहुत ज्यादा दर्द हुंदे क्योंकि बैक दी पेन बड़ी माड़ी पेन है। पर तुसी इत्थों शुरू करना, देन तुसी इनहेल करना है, साह अंदर नू लेने है ते उपर छत वल नू देखना है। देखो उपर जाके तुसी पहला सीधा सीलिंग नू देखना है, ਇੱਥੋਂ ਹੀ ਤੁਸੀਂ ਥੋੜੀ ਜਿਹੀ ਨੈਕ ਇੱਧਰ ਘੁਮਾਉਣੀ ਹੈ, ਇੱਧਰੋਂ ਹੀ ਤੁਸੀਂ ਥੋੜੀ ਜਿਹੀ ਨੈਕ ਇੱਧਰ ਘੁਮਾਉਣੀ ਹੈ। ਗਲਤੀ ਨਾਲ ਵੀ ਤੁਸੀਂ ਇੱਦਾਂ ਨਹੀਂ ਕਰਨਾ ਹੈ, ਡੋਂਟ ਡੂ ਦਿਸ, ਇਹ ਨਹੀਂ ਕਰਨਾ, ਨਹੀਂ ਤਾਂ ਸਾਡੇ ਜਿੰਨੇ ਵੀ ਮਨ ਕੇ ਉਹਨਾਂ 'ਚ ਹਵਾ ਭਰਨੀ ਸ਼ੁਰੂ ਹੋ ਜਾਏਗੀ, ਪੇਨ ਹੋਰ ਜ਼ਿਆਦਾ ਵੱਧ ਜਾਏਗਾ। ਪਹਿਲਾਂ ਸਿੱਧਾ ਸੀਲਿੰਗ ਨੂੰ ਦੇਖਣਾ, ਸੀਲਿੰਗ ਦੇਖੋ ਕਿੱਥੇ ਜਾ ਰਹੀ, ਤੇ ਨਹੀਂ ਲੱਗੇ ਗੰਦ ਤੇ ਨਹੀਂ ਪਿਆ, ਕੁਛ ਸੈਕਿੰਡ ਉੱਥੇ ਪੌਜ਼ ਕਰਨਾ ਹੈ, ਦੈਨ ਇਸੇ ਸਿਰ ਨੂੰ ਹਲਕਾ ਜਿਹਾ ਰਾਈਟ 'ਚ ਘੁਮਾਉਣਾ ਹੈ, स्ट्रेट आना है, हल्का जा लेफ्ट घुमाना, अगेन आई डू,
स्ट्रेट आना है, फिर नीचे आना है, स्ट्रेट राइट स्ट्रेट लेफ्ट स्ट्रेट नीचे आना है। तुसी इनू एवरी डे कर सकते हो, थोड़े मम्मा नू, थोड़े पापा नू, थोड़े हस्बैंड नू, थोनू किसे नू भी, अगर बहुत साल तो सर्वाइकल पेन है, बैक पेन है, अपर पेन है, इनू कहंदे स्ट्रेस पेन, इमोशनल स्ट्रेस पेन, इनू ट्राई करो और फिर मेनु दस्यो कि हां जी गुरलीन दीदी सानू इन्ना फर्क पिया, अज तो ही थोड़ियां दर्दां घटनिया शुरू हो जाएंगियां। मैं थोड़ा जान तो पहला दसागी तुम कि ड्रिंक पीना है, कि चीजा खानी और एक्यूप्रेशर पॉइंट है। वन मोर टाइम वी विल डू इन तुम करना है रेगुलर टेन स्ट्रेट खड़े होना है और कोशिश करनी है सीधा बिना झुके अपने लक नू बिल्कुल इथो फोल्ड नहीं करना, सीधा रीढ़ दी हड्डी दे नाल छेड़खानी नहीं करनी, जिदी रीढ़ दी हड्डी चलेगी उदा सारा जीवन तहस नहस हो जाएगा। बॉलीवुड विच एक नहीं बहुत है जे सितारे है जिन्हां दी बैक प्रॉब्लम करके ओ तुर भी नहीं सकदे, ओ चल भी नहीं सकदे, तुसी बिलीव नहीं करोगे ओ एदा रिड़ के ओ बहंदे है। बहुत 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 वड्डे सितारे, मैं किसी का नाम नहीं लेना चाहती, बहुत वड्डे स्टार्स है जिन्हां दी बैक इंजर्ड हो गई है, जिन्हां ने जाने अनजाने विच गलतियां कर लिया, लक दी रीढ़ दी प्रॉब्लम एदा दी है, जिन्हें मर्जी ऑपरेशन करा लो, जिन्हें मर्जी इंजेक्शन लवा लो, मेरे को ते एक नहीं हजारे केस रोज आते हैं, तो मैं उन्होंने अपनी डाइट नाल ते एक्सरसाइज दे नाल ठीक कर दी, एक नहीं हजारे ठीक किए। थोड़ा जा ध्यान रखना, कई बार की होंगे जिम्मे हम कोरोना में साढ़े घरे कोई काम वाले नहीं सके, कोई सानू मेड नहीं मिलती सी, असी आप काम करना शुरू करता, जो असी सवेरे उठते हाँ उठते नाल कोई भारी चीज चक लिए, कोई असी गलती नाल समान चक लिए, तो सडनली ठंडी बॉडी नू जो असी कोई भी चीज चकते हैं हैवी होंगी है, स्टिफनेस आ जाती, कड़ाई पै जाता, क्रैम्स पै जाते, स्ट्रेन आ जाता उस जगह पर। अपने शरीर नू इन्ना क सॉलिड बनाओ, बट ओदे लिए असी वार्म अप जरूरी है, सानू क्यों इंजर्ड होने, सानू बैक ते क्यों सट लगती है जो असी गलतियां ते गलतियां करते हैं, किवें हुण सपोज मेरी बॉडी ठंडी है, मैं जिम जाने नाल ही कोई हैवी चीज चक लवा, जां मैं घरे मैं बाल्टी चक लवा, हुण जो सपोज कोई असी बाल्टी भी चकनी है, जिंदगी च कोई काम भी करना है, हुण मैं इदां करके बाल्टी जो भी चकनी है बाल्टी इदां चकनी, हुण मैं इदां करके बाल्टी चकांगी, तुसीं आप सोचो लग गया मेरा सारी उम्र ली। दैन कोई भी चीज नीचे गिर जाए, मैं थोड़ा पहला भी समझाती हूँ, ऐदा बैठना इस पोजिशन चीज न चकना, ऐदा खड़े होना, कभी भी कोई चीज गिर गई ऐदा नहीं झुके चकना, साढ़े आम मसल लक दे जाने जाना, थाइस दे ग्लूट्स दे मसल भी साढ़े चले जाने हैं। सो प्लीज मतलब मैं नहीं लगता कि अगर दिन में मैं 25 कॉल आती है तो 25 चो 20 या 22 कुड़ियों बैक की प्रॉब्लम है ही है, क्यों? क्योंकि असं अपना ध्यान नहीं रखते, असी भारिया चीजा चकते हैं, भारे काम करो जे तुसी कर सकते हो, बट एक भारा काम करन नाल किसे नू घरदिया नू खुश करन दे चक्कर से तुसी अपनी बैक सारी उम्र लई गवा ली है, ना तुसी सारी उम्र मंजे तो उठ पाओगे, ना ही तुसी कोई काम कर पाओगे जे तुसी अपनी रीढ़ की हड्डी का ध्यान नहीं रखा। मोर ओवर थोड़ी कोई डाइट ही नहीं है, थोड़ा मतलब काम काज इन्ना ज्यादा है कुड़िया का, बट काम काज करो सब कुछ करो पर उन्नी खुराक लेंगे तुसी कि जो तुसी जिन्ना भी काम किया थोड़ी जी इंजरी हो भी गई है तुसी उन्हें रिकवर कर लोगे, है ही नहीं। सो लेट स्टार्ट गल्ला बाद चो, नेक्स्ट आपां एदा लेट जाना लाइक दिस,
then ਤੁਸੀਂ L ਬਣਾਣਾ ਹੈ ਆਪਣੇ leg ਦਾ L ਬਣਾ ਲਿਆ ਠੀਕ ਹੈ होल्ड करना है एक दो तीन चार पांच सिक्स सेवन एट नाइन टेन ऐसा तुसी पांच पांच दस बार कर सकते हो एल बनाओ सिर्फ चकनी का वन टू थ्री फोर फाइव सिक्स सेवन एट नाइन टेन हम बहुत सारे पर ऐसा होंगे जिन्हों का ऐसा भी नहीं होंदा होएगा ऐसा भी नहीं होंदा होएगा आके बड़ी दूर चक्कन की गल है और एल ही चाहिदा है एल ही चाहिदा है अपने फादर मदर किसी भी एक्सरसाइज करा सकते हो वन टू थ्री फोर फाइव सिक्स सेवन एट नाइन टेन ये लेग अगे लेके आनी है इस लेग में पीछे रखना है देख रहे हो एक एक आसन मैं एक एक बार कर रही हूं तुसी पांच पांच दस दस बार करना है प्लीज मैं एक और इफेक्टिव एक्सरसाइज में हम जस्ट दसन जा रही हूं प्लीज उसे फॉलो करो कोई गल नहीं पेन ज्यादा ठंडी है ये मैं थोड़े लिए ही कर रही हूं तुसी की करना है अपने तुसी इनू बैठ के भी कर सकते हो तुसी इनू खड़े होके भी कर सकते हो तुसी इनू किसी भी पोजीशन च कर सकते हो तुसी की करना अपने मम्मा पापा किसी नु भी करा सकते हो दोनों हैंड्स नु ऐसा रख लेना ठीक है देख रहे हो मैं बिल्कुल अपने चेस्ट दे लेवल पे ऐसा रखना देख रहे हो मेरे हैंड्स पीछे लेके जा ਇਹਦੇ ਨਾਲ ਤੁਹਾਡੀ ਬੈਕ ਦੀ ਰੀੜ ਦੀ ਹੱਡੀ ਦੀ ਮਸਾਜ ਹੋਏਗੀ ਫਿਰ ਅੱਗੇ ਲੱਗਿਆ ਪੰਜ ਤੋਂ ਦਸ ਵਾਰ ਕਰਨਾ ਹੈ ਸ਼ੋਲਡਰ ਲੈਵਲ ਤੇ ਲੈ ਕੇ ਆਉਣਾ ਹੁਣ ਸ਼ੋਲਡਰ ਲੈਵਲ ਤੋਂ ਉੱਤੇ ਜਾਣਾ ਕਿਸੇ ਨੂੰ ਵੀ ਸਰਵਾਈਕਲ ਹੈ ਸ਼ੋਲਡਰ ਸਟਿਫ ਹੋ ਜਾਂਦੇ ਹੈ ਬੈਕ ਦੀ ਪ੍ਰੋਬਲਮ ਹੈ ਕੋਈ ਵੀ ਪ੍ਰੋਬਲਮ ਹੈ ਤੁਸੀਂ ਇਹਨੂੰ ਕਰਨਾ ਹੈ ਦੈਨ ਹੈਂਡਸ ਨੂੰ ਇਦਾਂ ਕਰਨਾ ਹੈ ਪਹਿਲੇ ਮਨਕੇ ਤੋਂ ਲੈ ਕੇ ਅਖੀਰਲੇ ਮਨਕੇ ਤੱਕ ਇੱਥੋਂ ਲੈ ਕੇ ਟੇਲ ਬੋਨ ਤੱਕ ਇਸ ਆਸਨ ਦੇ ਨਾਲ ਇਸ ਯੋਗਾ ਪੋਜ਼ ਦੇ ਨਾਲ ਤੁਹਾਡੇ फुल मणकियां दी मसाज होएगी ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੇ ਤੁਸੀਂ ਸਿਰਫ ਇਹ ਐਨੇ ਇਹ ਵਾਲੇ ਆਸਨਸ ਵੀ ਕਰ ਲਓ ਤੇ ਤੁਹਾਡੀ ਪਹਿਲੇ ਮਨਕੇ ਤੋਂ ਲੈ ਕੇ ਅਖੀਰਲੇ ਮਨਕੇ ਤੱਕ ਕਿੰਨੇ ਵੀ ਸਾਲਾਂ ਦਾ ਦਰਦ ਹੈ ਮਸਾਜ ਹੋਏਗੀ ਫੁੱਲ ਮਨਕਿਆਂ ਦੀ ਸਾਰੇ ਮਨਕਿਆਂ ਦੀ ਇਹਨੂੰ ਕਰਕੇ ਦੇਖੋ ਦਵਾਈਆਂ ਦੇ ਨਾਲ ਕਿਡਨੀ ਖਰਾਬ ਹੋ ਜਾਂਦੀ ਹੈ ਜਿੰਨੇ ਮਰਜ਼ੀ ਕੈਪਸੂਲ ਲੈ ਲਓ ਜਿੰਨੀਆਂ ਮਰਜ਼ੀ ਚੀਜ਼ਾਂ ਲੈ ਲਓ ਆਪਣੀ ਕਿਡਨੀ ਦੀ ਰਿਪੋਰਟ ਕਰਵਾ ਕੇ ਦੇਖ ਲਿਓ ਮਹੀਨੇ ਬਾਅਦ 3 ਮਹੀਨਿਆਂ ਬਾਅਦ ਕਿੰਨੀ ਤੁਹਾਡੀ ਕਿਡਨੀ ਡੈਮੇਜ ਹੋ ਗਈ ਹੈ ਇੱਕ ਪਾਰਟ ਤੇ ਪਤਾ ਨਹੀਂ ਠੀਕ ਹੋਣਾ ਕਿ ਨਹੀਂ ਹੋਣਾ ਦਵਾਈਆਂ ਦੇ ਨਾਲ ਕਿਡਨੀ ਜ਼ਰੂਰ ਖਤਮ ਹੋ ਜਾਣੀ ਹੈ ਤੇ ਫਿਰ ਆਪਾਂ ਕਿਡਨੀ ਮੰਗਦੇ ਫਿਰਾਂਗੇ ਫਲਾਣੇ ਦੀ ਕਿਡਨੀ ਲੈ ਲਓ ਉਹਦੀ ਕਿਡਨੀ ਲੈ ਲਓ ਇਹਦੀ ਕਿਡਨੀ ਲੈ ਲਓ ਇਹਨਾਂ ਨੂੰ ਤੁਸੀਂ ਜ਼ਰੂਰ ਕਰਨਾ ਹੈ ਪਲੀਜ਼ ਲਾਸਟ रीढ़ की हड्डी नु सांभ के रखो एक्यूप्रेशर पॉइंट हाँ जी थोन पता जेड़ा साड़ा आ हुंदा ना आ पार्ट हाथ का मैं थोन दस दी
ਜਿਹੜੇ ਸਾਡੇ ਹੱਥ ਦਾ ਰਾਈਟ ਹੈਂਡ ਦਾ ਆਹ ਵਾਲਾ ਪਾਰਟ ਹੁੰਦਾ ਹੈ। ਕੈਨ ਯੂ ਸੀ ਦਿਸ ਪਾਰਟ? ਕੈਨ ਯੂ ਸੀ ਦਿਸ ਪਾਰਟ? ਹਾਂਜੀ ਬਿਲਕੁਲ, ਚੱਕਰ ਆਉਂਦੇ ਹੋਣਗੇ ਜਿਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ। ਆਹ ਪਾਰਟ ਦੇਖੋ ਰਾਈਟ ਹੈਂਡ ਦਾ, ਹਾਂਜੀ ਮੈਂ ਜਾਣ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਜਵਾਬ ਦੇਵਾਂਗੀ। ਇਸ ਪਾਰਟ ਦੇ ਇੱਕ ਨਸ ਜਾਂਦੀ ਹੈ ਏਦਾਂ, ਜਿਹੜੀ ਸਾਡੇ ਪਹਿਲੇ ਮਨਕੇ ਤੋਂ ਲੈ ਕੇ ਅਖੀਰਲੇ ਮਨਕੇ ਤੱਕ ਉਹ ਨਸ ਦੀ ਸਪਲਾਈ ਹੁੰਦੀ ਹੈ। ਉੱਥੋਂ ਬਲੱਡ ਜਾਂਦਾ, ਉੱਥੋਂ ਦੀ ਫਲਿਊਡ ਜਾਂਦਾ, ਉੱਥੋਂ ਦੀ ਹੀ ਉਹ ਨਸ, ਆਪ ਕਹਿੰਦੇ ਸਾਡੀ ਲੱਕ ਦੀ ਨਸ ਦੱਬ ਗਈ ਹੈ, ਗੋਡਿਆਂ 'ਚ ਦਰਦ ਆ ਗਿਆ, ਲੱਤਾਂ ਸੁੰਨ ਹੋ ਗਈਆਂ, ਸ਼ੈਟਿਕ ਪੇਨ ਹੋ ਗਈ ਹੈ, ਇੱਥੇ ਇਸ ਪਾਰਟ 'ਤੇ ਦਰਦ ਹੋਣੀ ਸ਼ੁਰੂ ਹੋ ਗਈ ਹੈ। ਉਹ ਨਸ ਜਦੋਂ ਦੱਬ ਜਾਂਦੀ ਹੈ, ਉਹ ਨਸ ਜਾਂਦੀ ਹੈ ਸਾਡੀ ਇੱਥੋਂ ਇਸ ਪਾਰਟ ਤੋਂ, ਸੱਜੇ ਹੱਥ ਦੇ ਇਸ ਪਾਰਟ ਤੋਂ ਨਸ ਜਾਂਦੀ ਹੈ। ਠੀਕ ਹੈ ਜੀ, ਹੁਣ ਅਸੀਂ ਇੱਕ ਬਾਲ ਲੈਣੀ ਹੈ। ਤੁਹਾਡੇ ਘਰੇ ਸਾਰਿਆਂ ਦੇ ਘਰੇ ਬਾਲ ਹੋਏਗੀ, ਬੱਚੇ ਬਾਲ ਦੇ ਨਾਲ ਖੇਡਦੇ ਹੋਣਗੇ। ਇਹ ਨਹੀਂ ਵੀ ਹੁਣ ਤੁਸੀਂ ਇੱਦਾਂ ਦਬਾਉਣਾ ਸ਼ੁਰੂ ਕਰ ਦਿਓ, ਠੀਕ ਨਹੀਂ ਹੋਣੀ, ਬਿਲਕੁਲ ਹੀ ਠੀਕ ਹੋਣੀ ਦਰਦ। ਜੇ ਤੁਹਾਨੂੰ ਨਹੀਂ ਐਕਸਰਸਾਈਜ਼ ਕਰ ਸਕਦੇ, ਨਹੀਂ ਤੁਰ ਫਿਰ ਸਕਦੇ ਨਾ, ਇਹ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਣ ਜਾ ਰਹੀ ਹਾਂ। ਇਸ ਪੁਆਇੰਟ ਨਾਲ ਤੁਸੀਂ ਕਰਕੇ ਦੇਖੋ, ਹੁਣੇ ਕਰੋ। ਤੁਹਾਡੇ ਪਾਪਾ ਨੂੰ ਦਰਦ ਹੈ, ਤੁਹਾਡੇ ਮੰਮਾ ਨੂੰ ਦਰਦ ਹੈ, ਤੁਹਾਨੂੰ ਦਰਦ ਹੈ, ਤੁਸੀਂ ਇਸ ਪੁਆਇੰਟ ਨਾਲ ਐਕਸਰਸਾਈਜ਼ ਕਰੋ। ਕਰਨ ਤੋਂ ਬਾਅਦ ਮੈਨੂੰ ਇਸ ਵੀਡੀਓ ਦੇ ਨੀਚੇ ਜ਼ਰੂਰ ਦੱਸਿਓ ਕਮੈਂਟਸ ਦੇ ਵਿੱਚ ਕਿੰਨਾ ਫਰਕ ਪਿਆ। ਕਿਤੋਂ ਵੀ ਜਾ ਕੇ ਕੋਈ ਬਾਲ ਲੈ ਕੇ, ਉਹ ਬਾਲ ਸਾਰੀ ਭੈਣਾਂ ਦੇ ਘਰੇ ਹੁੰਦੀ ਹੈ। ਨੈਕਸਟ ਜੋ ਮੈਂ ਅਨਾਊਂਸਮੈਂਟ ਕਰਨਾ ਚਾਹੁੰਦੀ ਹਾਂ ਕਿ ਯੂਟਿਊਬ IMGC ਤੇ ਮੇਰਾ ਚੈਨਲ ਹੈ, ਉਹਨੂੰ ਤੁਸੀਂ ਸਬਸਕ੍ਰਾਈਬ ਕਰਕੇ ਮੇਰੀ ਹਰ ਵੀਡੀਓ ਦੇ ਨੀਚੇ ਤੁਸੀਂ ਜਿੰਨੇ ਕਮੈਂਟਸ 'ਚ ਆਪਣੀਆਂ ਪ੍ਰੋਬਲਮਸ ਦੱਸੋਗੇ, ਮੈਨੂੰ ਵੀਡੀਓਜ਼ ਬਣਾਉਣ ਵਿੱਚ ਤੁਹਾਡੇ ਕਮੈਂਟਸ ਦੀ ਬੜੀ ਜ਼ਿਆਦਾ ਹੈਲਪ ਹੁੰਦੀ ਹੈ। ਨਹੀਂ ਤਾਂ ਕਦੀ ਮੈਂ ਸੋਚਦੀ ਹਾਂ ਮੈਂ ਕਿਸ ਟੋਪਿਕ 'ਤੇ ਵੀਡੀਓ ਬਣਾਵਾਂ, ਕਿਸ ਟੋਪਿਕ 'ਤੇ ਬਣਾਵਾਂ, ਬਟ ਜਦੋਂ ਨੀਚੇ ਕਮੈਂਟਸ ਲਿਖੇ ਹੁੰਦੇ ਨਾ, ਮੈਂ ਉਹਨਾਂ ਵਿੱਚੋਂ ਕਮੈਂਟ ਚੱਕ ਲੈਂਦੀ ਵੀ ਹਾਂ ਆਹ ਕਮੈਂਟ ਹੈ ਯਾਰ, ਇਹਦੇ 'ਤੇ ਮੈਂ ਵੀਡੀਓ ਨਹੀਂ ਬਣਾਈ, ਜਾਂ ਇਸ ਭੈਣ ਨੂੰ ਆਹ ਪ੍ਰੋਬਲਮ ਹੈ, ਇੰਨੇ ਸਾਲਾਂ ਦੀ ਯਾਰ ਉਹ ਜੂਝ ਰਹੀ ਹੈ, ਮੈਂ ਕਿੱਦਾਂ ਉਸ ਕੁੜੀ ਦੀ ਮਦਦ ਕਰਾਂ, ਮੈਂ ਕਿਵੇਂ ਉਹ ਤੱਕ ਪਹੁੰਚਾਂ। ਦੇਖੋ ਤੁਸੀਂ ਸਾਰੇ ਮੇਰੇ ਤੱਕ ਪਹੁੰਚ ਸਕਦੇ ਹੋ, ਬਟ ਮੈਂ ਤੁਹਾਡੇ ਤੱਕ ਕਿਵੇਂ ਪਹੁੰਚ ਸਕਦੀ ਹਾਂ? ਮੇਰੇ ਕੋਲ ਇੱਕੋ ਹੀ ਜ਼ਰੀਆ, ਤੁਹਾਡੇ ਕਮੈਂਟਸ ਦੇਖ ਕੇ ਮੈਂ ਤੁਹਾਡੇ ਤੱਕ ਪਹੁੰਚ ਸਕਦੀ ਹਾਂ। ਜਦੋਂ ਕਿਸੇ ਦਾ ਕਮੈਂਟ ਮੈਨੂੰ ਅਲੱਗ ਜਿਹਾ ਲੱਗਦਾ ਨਾ ਕਿ ਗੁਰਲੀਨ ਦੀਦੀ ਤੁਹਾਨੂੰ ਇੰਨੇ ਸਾਲ ਤੋਂ ਦੇਖ ਰਹੇ ਹਾਂ, ਇੱਦਾਂ ਕਰ ਰਹੇ, ਉੱਦਾਂ ਕਰ ਰਹੇ, ਇਹ ਕਰ ਰਹੇ, ਉਹ ਕਰ ਰਿਹਾ। ਮੇਰੇ ਨਾਲ ਪਿੱਛੇ ਜੇ ਮੈਂ ਤੁਹਾਨੂੰ ਦੱਸਦੀ ਹਾਂ, ਕੱਲ੍ਹ ਕੇ ਪਰਸੋਂ ਮੈਂ ਤੁਹਾਨੂੰ ਇੱਕ ਪ੍ਰੈਸ਼ਰ ਦਾ ਪੁਆਇੰਟ ਦੱਸਦੀ, ਫਿਰ ਮੈਂ ਤੁਹਾਨੂੰ ਡਾਇਟ ਦੱਸਾਂਗੀ, ਫਿਰ ਮੈਂ ਤੁਹਾਨੂੰ ਮੈਜੀਕਲ ਜੂਸ ਦੱਸਾਂਗੀ ਫੋਰ ਬੈਕ ਪੇਨ, ਸਰਵਾਈਕਲ ਪੇਨ, ਸ਼ੋਲਡਰ ਪੇਨ, ਅਪਰ ਬੈਕ, ਲੋਅਰ ਬੈਕ। ਮੈਨੂੰ ਕੱਲ੍ਹ ਕੇ ਪਰਸੋਂ ਦੀ ਗੱਲ ਹੈ, ਮੈਂ ਸਵੇਰੇ ਉੱਠੀ ਅਤੇ ਮੈਨੂੰ ਮੈਸੇਜ ਆਇਆ ਹੋਇਆ ਸੀਗਾ, ਅਤੇ ਮੈਂ ਵਿੱਚ ਵਿੱਚ ਆਪ ਵੀ ਮੈਸੇਜ ਚੈੱਕ ਕਰਦੀ ਹਾਂ। ਮੈਨੂੰ ਮੈਸੇਜ ਆਇਆ ਕਹਿੰਦੇ ਕਿ ਗੁਰਲੀਨ ਦੀਦੀ, ਅਸੀਂ ਤੁਹਾਡੀਆਂ ਵੀਡੀਓਜ਼ ਬੜੇ ਸਾਲਾਂ ਤੋਂ ਦੇਖ ਰਹੇ ਹਾਂ, ਔਰ ਮੈਂ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਤੁਹਾਡੀ ਵੀਡੀਓ ਫੋਰਵਰਡ ਵੀ ਕਰਦੀ ਹਾਂ, ਅਸੀਂ ਸਾਰੀਆਂ ਭੈਣਾਂ ਤੁਹਾਡੀ ਵੀਡੀਓ ਦੇਖਦੇ ਹਾਂ। ਬਟ ਕੁਛ ਭੈਣਾਂ ਨੂੰ ਜਦੋਂ ਮੈਂ ਵੀਡੀਓ ਭੇਜਦੀ ਹਾਂ, ਉਹ ਕਹਿੰਦੇ ਹੈ ਕਿ ਅਸੀਂ ਵੀ, ਮੈਨੂੰ ਬੜਾ ਲੱਗਿਆ ਸੁਣ ਕੇ, ਮਤਲਬ ਉਹੀ ਨਾ ਇੱਕ ਮੈਸੇਜ ਨੇ ਮੈਨੂੰ ਜਦੋਂ ਅੰਦਰੋਂ ਹਿਲਾ ਦਿੰਦੀ ਹੈ ਕੋਈ ਮੇਰੀ ਭੈਣ, ਤੇ ਮੈਨੂੰ ਬੜਾ ਚੰਗਾ ਲੱਗਦਾ, ਫਿਰ ਮੈਨੂੰ ਦਿਲ ਕਰਦਾ ਮੈਂ ਉਹਦੇ ਲਈ ਕੁਛ ਕਰਾਂ। ਉਹ ਕਹਿੰਦੇ ਵੀ ਜਦੋਂ ਮੈਂ ਗਾਂ ਕੁੜੀਆਂ ਨੂੰ ਤੁਹਾਡਾ ਮੈਸੇਜ ਭੇਜਦੀ ਹਾਂ ਨਾ, ਵੀਡੀਓ ਭੇਜਦੀ ਹਾਂ, ਤੇ ਉਹ ਕਹਿੰਦੀਆਂ ਅਸੀਂ ਵੀ ਕੁਆਰੇ ਹੁੰਦੇ ਇਹਦੇ ਵਰਗੀਆਂ ਸੋਹਣੀਆਂ ਸੀਗੀਆਂ, ਤੇ ਹੁਣ ਵਿਆਹ ਤੋਂ ਬਾਅਦ ਸਾਡਾ ਆਹ ਹਾਲ ਹੋ ਗਿਆ। ਗੁਰਲੀਨ ਨੂੰ ਇਹ ਗੱਲ ਜ਼ਰੂਰ ਕਹਿ ਦੀ ਵੀ ਅਸੀਂ ਜਦੋਂ ਕੁਆਰੀਆਂ ਸੀ ਨਾ, ਅਸੀਂ ਤੇਰੇ ਵਰਗੀਆਂ ਸੋਹਣੀਆਂ ਸੀਗੀਆਂ, ਤੇ ਹੁਣ ਅਸੀਂ ਕੰਮਾਂ ਕਾਜਾਂ 'ਚ ਇੰਨੀਆਂ ਕੁ ਵਿਅਸਤ ਹੋ ਗਈਆਂ ਕਿ ਸਾਨੂੰ ਸਾਰਾ ਦਿਨ ਸ਼ੀਸ਼ਾ ਦੇਖਣ ਦਾ ਟਾਈਮ ਨਹੀਂ ਮਿਲਦਾ। ਸੋ ਗੱਲ ਮੈਨੂੰ ਬੜੀ ਲੱਗ ਗਈ, ਮੈਂ ਉਸ ਟੋਪਿਕ 'ਤੇ ਵੀਡੀਓ ਵੀ ਬਣਾਈ ਹੈ, ਹੋਰ ਵੀ ਬਣਾਵਾਂਗੀ। ਉਸ ਭੈਣ ਨੂੰ ਮੈਂ ਜ਼ਰੂਰ ਜਵਾਬ ਦੇਵਾਂਗੀ, ਔਰ ਮੈਨੂੰ ਬੜਾ ਚੰਗਾ ਲੱਗਾ, ਸ਼ਾਇਦ ਮੇਰਾ ਲਾਈਵ ਦੇਖ ਰਹੀ ਹੋਏਗੀ ਜਾਂ ਮੇਰੇ ਕਮੈਂਟਸ ਤੋਂ ਬਾਅਦ ਮੈਨੂੰ ਉਹ ਲਾਈਵ ਦੇਖ ਲੈਣਗੇ। ਸੋ ਕੀ ਹੁੰਦਾ ਨਾ ਯਾਰ, ਸੋਹਣੀਆਂ ਸਾਰੀਆਂ ਹੀ ਹੁੰਦੀਆਂ, ਮਾਵਾਂ ਤੇ ਸਾਰੇ ਪੁੱਤ, ਸਾਰੀਆਂ ਕੁੜੀਆਂ ਸੋਹਣੀਆਂ ਹੀ ਜੰਮਦੀਆਂ। ਜਦੋਂ ਆਪਾਂ ਜੰਮਦੇ ਸਾਰੇ ਸੋਹਣੇ ਹੁੰਦੇ ਆ, ਕਬੀਲਦਾਰੀ ਸਾਨੂੰ ਮਾਰ ਦਿੰਦੀ ਹੈ, ਕੰਮ ਕਾਜ ਸਾਨੂੰ ਮਾਰ ਦਿੰਦੇ ਆ, ਜ਼ਿੰਮੇਵਾਰੀਆਂ ਸਾਨੂੰ ਮਾਰ ਦਿੰਦੀ। ਅਸੀਂ, ਸਾਡੇ ਵਾਲ ਵੀ ਬੜੇ ਸੋਹਣੇ ਹੁੰਦੇ ਆ ਛੋਟੇ ਹੁੰਦੇ, ਸਾਡੀ ਸਕਿਨ ਵੀ ਚਮਕਦਾਰ ਹੁੰਦੀ ਹੈ, ਅਸੀਂ ਸੋਹਣੇ ਸੁਰੱਖੇ, ਸਾਡੀਆਂ ਹੱਡੀਆਂ ਸਟਰੋਂਗ ਹੁੰਦੀਆਂ, ਸਾਰਾ ਕੁਛ ਵਧੀਆ ਹੁੰਦਾ। ਬਟ ਜਦੋਂ ਕਹਿੰਦੇ ਨਾ ਸਾਡਾ ਵਿਆਹ ਹੋ ਜਾਂਦਾ, ਜਾਂ ਕੁਵਾਰੇ ਹੁੰਦੇ ਵੀ ਤੁਸੀਂ ਕਹਿ ਸਕਦੇ ਹੋ, ਕਿ ਜਦੋਂ ਸਾਨੂੰ ਪੈਸਾ ਕਮਾਉਣ ਦੀ ਟੈਨਸ਼ਨ ਆ ਜਾਏ, ਘਰ ਚਲਾਉਣ ਦੀ ਟੈਨਸ਼ਨ ਆ ਜਾਏ, ਅਸੀਂ ਘਰ ਨੂੰ ਕਿਵੇਂ ਚਲਾਉਣਾ, ਅਸੀਂ ਪੈਸਾ ਕਿਵੇਂ ਕਮਾਉਣਾ, ਅਸੀਂ ਪਿੱਛੇ ਮਾਂ ਪਿਓ ਦਾ ਕਿੱਦਾਂ ਧਿਆਨ ਰੱਖਣਾ, ਉਹ ਕਬੀਲਦਾਰੀਆਂ ਸਾਨੂੰ ਨਾ ਕਮਜ਼ੋਰ ਕਰ ਦਿੰਦੀਆਂ। ਕੋਈ ਗੱਲ ਨਹੀਂ, ਆਪਾਂ ਘਰ ਵੀ ਸਾਹਮਣੇ, ਆਪਾਂ ਪੈਸਾ ਵੀ ਕਮਾਉਣਾ, ਆਪਾਂ ਨੌਕਰੀ ਵੀ ਕਰਨੀ, ਬਟ ਪਹਿਲਾਂ ਅਸੀਂ ਆਪਣਾ ਧਿਆਨ ਰੱਖਣਾ। ਜਿਵੇਂ ਸੋਹਣੇ ਸਾਡੀ ਮਾਂ ਨੇ ਸਾਨੂੰ ਜੰਮਿਆ ਸੀ, ਅਸੀਂ ਮਰਦੇ ਦਮ ਤੱਕ ਉੱਦਾਂ ਸੋਹਣੇ ਦਿਖਣਾ। ਅਸੀਂ ਆਪਣਾ ਫੇਸ ਨਹੀਂ ਖਰਾਬ ਕਰਨਾ, ਅਸੀਂ ਆਪਣੀ ਸਿਹਤ ਨਹੀਂ ਖਰਾਬ ਕਰਨੀ, ਅਸੀਂ ਆਪਣੇ ਵਾਲ ਨਹੀਂ ਖਰਾਬ ਕਰਨੇ, ਫਿਰ ਕੀ ਹੋ ਗਿਆ,
ਜੇ ਗੁਰਲੀਨ ਸੋਹਣੀ ਹੈ ਤੇ ਤੁਸੀਂ ਵੀ ਸਾਰੇ ਸੋਹਣੇ ਹੋ। ਮੈਂ ਤਾਂ ਸੋਹਣੀ ਆ ਕਿਉਂਕਿ ਤੁਸੀਂ ਮੈਨੂੰ ਸੋਹਣੇ ਹੋਣ ਦਾ ਅਹਿਸਾਸ ਦਵਾਉਂਦੇ ਹੋ, ਨਹੀਂ ਤੇ ਕੀ ਮੇਰੀ ਦੱਸੋ ਮੇਰੇ ਚ ਇੰਨਾ ਕੰਫੀਡੈਂਸ ਹੋਏਗਾ ਕਿ ਮੈਂ ਸਵੇਰੇ ਉੱਠਦੇ ਨਾਲ ਬਿਨਾਂ ਮੈਂ ਅੱਜ ਤੇ ਮੈਂ ਤੁਹਾਨੂੰ ਪਤਾ ਅੱਜ ਮੈਂ ਇੰਨੀ ਲੇਟ ਹੋ ਗਈ ਤੇ ਮੈਂ ਜਿਮ ਜਾਣ ਤੋਂ ਪਹਿਲਾਂ ਮੈਂ ਫੇਸ 'ਤੇ ਸੰਸਕ੍ਰੀਨ ਨਹੀਂ ਲਾਈ, ਮੈਂ ਬਿਨਾਂ ਸੰਸਕ੍ਰੀਨ ਤੋਂ ਘੁੰਮਦੀ ਪਈ ਹਾਂ। ਅੱਗੇ ਮੈਂ ਬਿਨਾਂ ਸੰਸਕ੍ਰੀਨ ਤੋਂ ਜਾਂਦੀ ਨਹੀਂ, ਪਰ ਮੈਂ ਕਹਿੰਦੇ ਹੀਰਾ ਸੀਗਾ ਬਾਹਰ ਬਾਰਿਸ਼ ਪੈ ਰਹੀ ਸੀ, ਮੈਂ ਇੱਦਾਂ ਹੀ ਚਲੇ ਗਈ। ਇਹ ਕੀ ਹੈ? ਇੱਕ ਕੰਫੀਡੈਂਸ ਹੈ ਮੈਨੂੰ ਕਿੱਥੋਂ ਮਿਲਦਾ, ਤੁਹਾਡੇ ਸਾਰਿਆਂ ਤੋਂ ਮਿਲਦਾ ਕਿ ਯੈਸ ਜਦੋਂ ਮੈਨੂੰ ਇੰਨੇ ਚਾਹੁਣ ਵਾਲੇ ਆ, ਇੰਨੇ ਪਿਆਰ ਕਰਨ ਵਾਲੇ ਆ, ਜਿਹੜੀ ਤੇ ਮੇਰੀ ਫੇਸ ਤੇ ਜਾਂਦੇ ਨਹੀਂ ਸਿਰਫ ਮੇਰੀਆਂ ਗੱਲਾਂ ਤੇ ਜਾਂਦੇ ਆ, ਤੇ ਮੈਨੂੰ ਕੀ ਲੋੜ ਹੈ ਲਿਸ਼ਕ ਪੁਸ਼ਕ ਕੇ ਤੁਹਾਡੇ ਸਾਹਮਣੇ ਆਉਣ ਦੀ? ਹਾਂ ਉਹ ਵੀ ਇੱਕ ਜ਼ਰੂਰਤ ਹੈ, ਜਦੋਂ ਉਹਦੀ ਲੋੜ ਪੈਂਦੀ ਹੈ ਤੇ ਉਹ ਵੀ ਕਰਨਾ ਪੈਂਦਾ, ਬਟ ਇੱਕ ਜਦੋਂ ਨਾ ਤੁਹਾਨੂੰ ਪਿਆਰ ਮਿਲਦਾ ਸਾਹਮਣੇ ਤੋਂ, ਉਹ ਆਪਣੇ ਆਪ ਕੰਫੀਡੈਂਸ ਆ ਜਾਂਦਾ ਕਿ ਯੈਸ ਹਾਂ ਵਧੀਆ ਮੈਨੂੰ ਸਾਰੇ ਪਿਆਰ ਕਰਦੇ ਆ। ਸੋ ਮੈਂ ਸਿਰਫ ਜਾ ਕੇ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਦੱਸਣੀਆਂ, ਮੈਂ ਚੰਗੀਆਂ ਗੱਲਾਂ ਦੱਸਣੀਆਂ, ਤੇ ਜੇ ਮੈਂ ਆਪ ਹੀ ਲਿੱਤਾ ਪੋਤੀ ਲਾ ਕੇ ਜਾ ਕੇ ਉੱਕੇ ਬਹਿ ਗਈ ਤੇ ਮੈਨੂੰ ਤੇ ਮੇਰੀਆਂ ਗੱਲਾਂ ਲੋਕਾਂ ਨੇ ਕਹਿਣਾ ਗੁਰਲਿੰਦਰ ਨੂੰ ਕੀ ਹੋ ਗਿਆ ਐਡਾ ਮੇਕਅਪ ਕਰਕੇ ਆ ਗਿਆ ਅੱਜ। ਸੋ ਜਿੱਥੇ ਮੇਕਅਪ ਦੀ ਲੋੜ ਆਪਾਂ ਮੇਕਅਪ ਵੀ ਕਰਾਂਗੇ, ਬਟ ਮੈਂ ਇਹ ਚਾਹੁੰਦੀ ਮੇਰੀ ਹਰ ਭੈਣ ਜਿੱਦਾਂ ਕੁਆਰੀ ਹੁੰਦੀ ਸੋਹਣੀ ਸੀ, ਉੱਦਾਂ ਹੀ ਸਾਰੀ ਉਮਰ ਤਮਾਮ ਉਮਰ ਤੁਸੀਂ ਉੱਦਾਂ ਹੀ ਸੋਹਣੀਆਂ ਰਹਿਣਾ, ਜ਼ਿੰਮੇਵਾਰੀਆਂ ਵੀ ਨਿਭਾਉਣੀਆਂ, ਘਰ ਦੇ ਕੰਮ ਵੀ ਕਰਨੇ ਆ, ਥੋੜਾ ਜਿਹਾ ਵਕਤ ਆਪਣੇ ਲਈ ਵੀ ਕੱਢ ਲਿਆ ਕਰੋ। ਕਿਸੇ ਨੇ ਨਹੀਂ ਕਹਿਣਾ ਬਹਿ ਜਾ ਪਾਣੀ ਦਾ ਘੁੱਟ ਪੀ ਲਾ, ਬਹਿ ਜਾ ਦੁੱਧ ਪੀ ਲਾ, ਬਹਿ ਜਾ ਜੂਸ ਪੀ ਲਾ, ਇਹ ਤੁਹਾਨੂੰ ਆਪ ਹੀ ਕਰਨਾ ਪੈਣਾ। ਇਹ ਤੇ ਸਾਡੀਆਂ ਮਾਵਾਂ ਹੀ ਆ ਜਿਹੜੀਆਂ ਕਦੀ ਕਹਿ ਦਿੰਦੀਆਂ, ਕਦੀ ਸੱਸਾਂ ਵੀ ਕਹਿ ਦਿੰਦੀਆਂ, ਬਟ ਫਿਰ ਵੀ ਜਿੰਨਾ ਪਿਆਰ ਅਸੀਂ ਆਪਣੇ ਆਪ ਨੂੰ ਕਰ ਸਕਦੇ ਹਾਂ, ਸਾਡਾ ਸਾਇਆ ਵੀ ਨਹੀਂ ਕਰ ਸਕਦਾ, ਸਾਡਾ ਸਾਇਆ ਵੀ ਨਹੀਂ ਕਰ ਸਕਦਾ। ਸੋ ਪਲੀਜ਼ ਸਾਰੀਆਂ ਭੈਣਾਂ ਨੇ ਮੈਨੂੰ ਪ੍ਰੋਮਿਸ ਕਰੋ ਆਪਣਾ ਧਿਆਨ ਰੱਖਣਾ, ਸਵੇਰੇ ਸ਼ਾਮੀ ਆਪਣੇ ਲਈ ਟਾਈਮ ਕੱਢਣਾ, ਚੰਗੀ ਖੁਰਾਕ ਲਿਆ ਕਰੋ, ਹਾਏ ਹਾਏ ਨਾ ਕਰਿਆ ਕਰੋ। ਜ਼ਿੰਦਗੀ ਇੱਕ ਵਾਰ ਮਿਲੀ ਹੈ, 84 ਲੱਖ ਜੂਨਾਂ ਬਾਅਦ ਇਹ ਜਨਮ ਮਿਲਿਆ, ਸਰੀਰ ਮਿਲਿਆ, ਇਹਨੂੰ ਇੱਦਾਂ ਵਿਅਰਥ ਨਾ ਗਵਾਓ, ਇਹਨੂੰ ਅੰਮ੍ਰਿਤ ਵੇਲੇ ਨਾਲ ਜੋੜੋ। ਸੋਹਣੀਆਂ ਸੁਨੱਖੀਆਂ ਬਣ ਕੇ ਰਿਹਾ ਕਰੋ, ਵਧੀਆ ਵਧੀਆ ਕੱਪੜੇ ਪਾਇਆ ਕਰੋ, ਆਪਣੀ ਟੌਰ ਕੱਢ ਕੇ ਰਿਹਾ ਕਰੋ। ਵੈਸੇ ਹੀ ਵੈਬੀਨਾਰ ਆ ਰਿਹਾ, ਵੈਬੀਨਾਰ 'ਚ ਸਪੈਸ਼ਲ ਗੈਸਟ ਵੀ ਆ ਰਿਹਾ, ਸੋ ਵਧੀਆ ਵਧੀਆ ਸੂਟ ਸਵਾ ਲਓ ਜਲਦੀ ਜਲਦੀ। ਉਹ ਸੂਟ ਪਾ ਕੇ ਮੈਂ ਆਪਣੀ ਭੈਣਾਂ ਨੂੰ ਐਤਕੀ ਜਦੋਂ ਰੂਬਰੂ ਮਿਲਣਾ, ਸੋ ਮੈਂ ਵੀ ਨਵੀਂ ਡਰੈਸ ਲੱਭਦੀ ਪਈ ਹਾਂ ਕਿ ਮੈਂ ਕਿਹੜੀ ਡਰੈਸ ਪਾਵਾਂ। ਸੋ ਤੁਸੀਂ ਪਲੀਜ਼ ਜਿਨ੍ਹਾਂ ਵੀ ਭੈਣਾਂ ਨੇ ਵੈਬੀਨਾਰ ਬੁੱਕ ਕੀਤਾ, ਮੇਰਾ ਫਸਟ ਵੈਬੀਨਾਰ ਹੈ ਔਰ ਮੈਂ ਅਰਦਾਸ ਕਰ ਰਹੀ ਹਾਂ ਕਿ ਇੰਨਾ ਸਕਸੈਸਫੁਲ ਹੋਵੇ, ਫਿਰ ਮੈਂ ਥੋੜ੍ਹੇ ਦਿਨਾਂ ਨੂੰ ਨੈਕਸਟ ਲੈ ਕੇ ਆਵਾਂਗੀ। ਸੋ ਜਿਨ੍ਹਾਂ ਨੂੰ ਸਰਵਾਈਕਲ ਪੇਨ ਹੈ ਬਹੁਤ ਸਾਲਾਂ ਤੋਂ, ਮੰਮਾ ਨੂੰ, ਪਾਪਾ ਨੂੰ, ਕਿਸੇ ਨੂੰ ਵੀ ਤੁਸੀਂ ਇੱਕ ਬਾਲ ਲੈਣੀ ਹੈ ਔਰ ਤੁਸੀਂ ਇਸ ਪੁਆਇੰਟ ਦੇ ਨਾਲ ਇਸ ਬਾਲ ਨੂੰ ਪ੍ਰੈਸ ਕਰਨਾ, ਜਸਟ ਸੀ ਦੇਖ ਰਹੇ ਹੋ, ਬਿਲਕੁਲ ਸਿੱਧੇ ਬਹਿਣਾ, ਏਦਾਂ ਨਹੀਂ ਕਰਨਾ ਕਿਸੇ ਨੇ ਵੀ, ਸਟ੍ਰੇਟ ਜਸਟ ਇਸ ਪੁਆਇੰਟ ਦੇ ਨਾਲ ਅੰਗੂਠੇ ਦੇ ਨੀਚੇ, ਰਾਈਟ ਹੈਂਡ ਦੇ ਅੰਗੂਠੇ ਦੇ ਨੀਚੇ ਇਸ ਪੁਆਇੰਟ ਦੇ ਨਾਲ ਤੁਸੀਂ ਉਸ ਬਾਲ ਨੂੰ ਘੁਮਾਉਣਾ। ਹੁਣੇ ਘੁਮਾਓ ਬੈਠ ਕੇ, ਦੇਖਿਓ ਸਕਿੰਟਾਂ 'ਚ ਫਰਕ ਪਏਗਾ, ਪੇਨ ਨੂੰ ਸਕਿੰਟਾਂ ਦੇ ਵਿੱਚ ਇਸੇ ਪੁਆਇੰਟ ਦੇ ਨਾਲ ਫਿਰ ਇਹਨੂੰ ਦਬਾਉਣਾ। ਯੈਸ ਯੈਸ, ਦੇਖੋ ਆ ਮੇਰੇ ਪੂਰੇ ਪੂਰੇ ਮਸਲਸ, ਪੂਰੀ ਜਿਹੜੀ ਨਸ ਹੈ ਉਹ ਇੱਥੇ ਤੱਕ ਆ ਰਿਹਾ ਸਰ। ਕਰਕੇ ਦੇਖੋ ਹੁਣੇ, ਅਗੇਨ ਗੋਲ ਘੁਮਾਉਣਾ, ਅਗੇਨ ਗੋਲ ਘੁਮਾਉਣਾ, ਕਰਕੇ ਦੇਖੋ ਸਕਿੰਟਾਂ ਮਿੰਟਾਂ 'ਚ ਫਰਕ ਪਊਗਾ। ਤੁਸੀਂ ਆਪ ਕਹੋਗੇ ਕਿ ਵਾਓ ਦੀਦੀ ਇਹ ਕਿੱਥੋਂ ਕੱਢ ਕੇ ਲੈ ਕੇ ਆਏ ਹੋ ਪੁਆਇੰਟ। ਅਗੇਨ ਗੋਲ, ਉਸੇ ਪੁਆਇੰਟ ਨਾਲ, ਪੁਆਇੰਟ ਨਹੀਂ ਚੇਂਜ ਕਰਨਾ ਆਪਾਂ, ਜਗ੍ਹਾ ਨਹੀਂ ਚੇਂਜ ਕਰਨੀ। ਪ੍ਰੈਸ ਬੈਕ ਸਟ੍ਰੇਟ, ਡੂ ਦਿਸ, ਫਿਰ ਮੈਨੂੰ ਦੱਸਿਓ ਇਸ ਵੀਡੀਓ ਦੇ ਨੀਚੇ ਤੁਹਾਨੂੰ ਫਰਕ ਪਿਆ ਕਿ ਨਹੀਂ ਪਿਆ। ਦੈਨ ਪਤਾ ਕੀ ਹੁੰਦਾ, ਆਪਾਂ ਜਦੋਂ ਕਈ ਘੰਟੇ ਨਾ ਪਹਿਲਾਂ ਲੈਪਟਾਪ ਤੇ ਬੈਠੇ ਰਹਿੰਦੇ ਹਾਂ, ਏਦਾਂ ਅਸੀਂ ਝੁੱਕ ਕੇ ਬਹਿੰਦੇ ਹਾਂ, ਆਹ ਮਸਲਸ ਨਾ ਸਾਡੇ ਸਟਿਫ ਹੋਣੇ ਸ਼ੁਰੂ ਹੋ ਜਾਂਦੇ, ਵੀਕ ਹੋਣੇ ਸ਼ੁਰੂ ਹੋ ਜਾਂਦੇ ਆ, ਜਾਂ ਫਿਰ ਆਪਾਂ ਸਾਰਾ ਦਿਨ ਏਦਾਂ ਹੀ ਬੈਠੇ ਰਹਿੰਦੇ ਹਾਂ, ਕੋਈ ਕੰਮ ਕਰਦੇ ਰਹਿੰਦੇ ਹਾਂ, ਜਾਂ ਰਸੋਈ 'ਚ ਅਸੀਂ ਤੜਕੇ ਲਾਉਂਦੇ ਰਹਿੰਦੇ ਹਾਂ, ਜਾਂ ਝੁੱਕ ਝੁੱਕ ਕੇ ਕੋਈ ਵੀ ਕੰਮ ਕਰਦੇ ਹਾਂ। ਇਟ ਕੈਨ ਬੀ ਐਨੀਥਿੰਗ, ਇਟ ਕੈਨ ਬੀ ਐਨੀਥਿੰਗ, ਤੁਸੀਂ ਘਰ ਰਹਿ ਰਹੇ ਹੋ ਜਾਂ ਤੁਸੀਂ ਜੌਬ ਤੇ ਜਾ ਰਹੇ ਹੋ, ਡਜ਼ਨ ਮੈਟਰ, ਬਟ ਜਦੋਂ ਤੁਸੀਂ ਇਹ ਸਭ ਚੀਜ਼ਾਂ ਕਰੋਗੇ ਤੁਹਾਨੂੰ ਲੱਗੇਗਾ ਕਿ ਹਾਂ ਯਾਰ ਗਲਤ ਪੋਜੀਸ਼ਨ ਹੈ, ਹੰਪ ਪੈ ਜਾਂਦਾ ਹੈ, ਕੁੱਬ ਪੈ ਜਾਂਦਾ ਹੈ, ਝੁੱਕ ਕੇ ਨਹੀਂ ਚੱਲਣਾ, ਕਈ ਵਾਰ ਸਾਨੂੰ ਹੱਥ ਹੁੰਦੇ ਸੀ ਝੁੱਕ ਕੇ ਖੜੇ ਹੋ ਜਾਂਦੇ, ਸਟ੍ਰੇਟ ਚੈਸਟ ਬਾਹਰ, ਸਟਮਕ ਅੰਦਰ, ਹਿਪਸ ਬਾਹਰ, ਇਸ ਪੋਜੀਸ਼ਨ ਨੂੰ ਕਰਕੇ ਦੇਖਿਓ ਔਰ ਇਸ ਬਾਲ ਨੂੰ ਇਸ ਪੁਆਇੰਟ ਦੇ ਨਾਲ ਤੁਸੀਂ ਦਬਾਉਣਾ ਔਰ ਇਹਦੇ ਨਾਲ ਹੀ ਗੋਲ ਗੋਲ ਘੁਮਾਉਣਾ। ਹਾਂਜੀ ਡੀਅਰ, ਤੁਸੀਂ ਇਹਨੂੰ, ਹਾਂਜੀ ਤੁਸੀਂ ਮੈਨੂੰ ਬੈਕ ਰਿਲੇਟਡ ਕੋਈ ਵੀ ਸਵਾਲ ਪੁੱਛ ਸਕਦੇ ਹੋ, ਬਿਕੋਜ਼ ਮੇਰੇ ਕੋਲ 5 ਮਿੰਟ ਹੈ ਸਿਰਫ। ਕਿੰਨਾ ਟਾਈਮ ਕਰਨਾ ਤੁਸੀਂ ਇਹਨੂੰ? 5 ਮਿੰਟ ਤੋਂ ਸ਼ੁਰੂ ਕਰੋ,
ਨਵਾਬ ਨਵਾਬ ਜ਼ਾਇਦਾ ਤੁਸੀਂ ਇਹਨੂੰ 5 ਮਿੰਟ ਤੋਂ ਸ਼ੁਰੂ ਕਰੋ ਦੈਨ ਤੁਸੀਂ ਇਹਨੂੰ 2 ਮਿੰਟ 3 ਮਿੰਟ 5 ਤੋਂ 7 ਤੋਂ 10 ਮਿੰਟ ਤੁਸੀਂ ਕਰ ਸਕਦੇ ਹੋ ਮਿਲਿਆ ਨਾ ਰਿਲੀਫ ਦੇਖੋ ਸਰਵਾਈਕਲ ਨਾਲ ਚੱਕਰ ਵੀ ਆਉਂਦੇ ਬਿਲਕੁਲ ਆਉਂਦੇ ਆ ਕਿਉਂਕਿ ਨਸ ਹਾਂਜੀ ਟੌਨਸਿਲ ਤੇ ਵੀਡੀਓ ਬਣਾਵਾਂਗੀ ਤੁਸੀਂ ਜਿਹੜੇ ਇੱਥੇ ਲਾਈਵ ਚ ਕਮੈਂਟ ਕਰ ਰਹੀਆਂ ਨਾ ਮੇਰੀਆਂ ਭੈਣਾਂ ਪਲੀਜ਼ ਤੁਸੀਂ YouTube IMGC ਤੇ ਜਾ ਕੇ ਕਮੈਂਟ ਕਰੋ ਉੱਥੋਂ ਦੀ ਮੈਂ ਸਾਰੇ ਨੋਟ ਕਰਦੀ ਹੁੰਦੀ ਆ ਤੇ ਉੱਥੋਂ ਬਾਅਦ ਮੈਂ ਵੀਡੀਓ ਬਣਾਉਣੀ ਡੀਅਰ ਇਹ ਬਲਜੀਤ ਜੀ ਤੁਸੀਂ ਇਹਨੂੰ ਰਾਈਟ ਹੈਂਡ ਨਾ ਕਰਨਾ ਲੈਫਟ ਹੈਂਡ ਨਾ ਨਹੀਂ ਆ ਮੇਰਾ ਸੱਜਾ ਹੱਥ ਹੈ ਸ਼ਾਇਦ ਵੀਡੀਓ ਚ ਤੁਹਾਨੂੰ ਖੱਬਾ ਦਿਖ ਰਿਹਾ ਹੋਏਗਾ ਦਿਸ ਇਜ਼ ਮਾਈ ਰਾਈਟ ਹੈਂਡ ਵਾਓ ਅਮੇਜ਼ਿੰਗ ਕਿੰਨੂੰ ਕਿੰਨੂੰ ਫਰਕ ਪਿਆ ਕਿਸੇ ਨੇ ਕੀਤਾ 100% ਸਕਿਨ ਟੱਚ ਫਰਕ ਪਏਗਾ ਤੁਹਾਡੇ ਮੰਮਾ ਨੂੰ ਪ੍ਰੋਬਲਮ ਹੈ ਤੁਹਾਡੇ ਪਾਪਾ ਨੂੰ ਪ੍ਰੋਬਲਮ ਹੈ ਇੱਕ ਬਾਲ ਲੈ ਕੇ ਆਓ ਸਮਾਈਲੀ ਲੈ ਸਕਦੇ ਹੋ ਸਮਾਈਲੀ ਇਸ ਕਰਕੇ ਲੈ ਕੇ ਆਈ ਹਾਂ ਕਿਉਂਕਿ ਅਸੀਂ ਵੀ ਇੱਦਾਂ ਹੀ ਰਹਿਣਾ ਬੈਕ ਪੇਨ ਹੁੰਦੀ ਹੈ ਬੈਠਣਾ ਹਾਂ ਇਹਨੂੰ ਕਰੋ ਤੁਸੀਂ ਲੈਗਸ ਦਰਦ ਦਾ ਵੀ ਦੱਸਣਾ ਹਾਂਜੀ ਜ਼ਰੂਰ 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 IMGC ਤੇ ਜਾ ਕੇ ਕਮੈਂਟ ਕਰੋ ਹਸਬੈਂਡ ਨੂੰ ਬੈਕ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਡੋਂਟ ਵਰੀ ਡੀਅਰ ਆ ਕਰੋ ਸ਼ੁਰੂ ਕਰੋ ਲਵ ਯੂ ਟੂ ਅਮਨ ਆਈਸਾਈਟ ਇੰਪਰੂਵ ਕਰਨ ਲਈ ਹਾਂਜੀ ਜ਼ਰੂਰ ਤੁਹਾਡੇ ਜੋ ਵੀ ਕਮੈਂਟਸ ਹੈ ਮੈਨੂੰ ਯੂਟਿਊਬ IMGC ਤੇ ਜਾ ਕੇ ਦੱਸੋ ਮੈਂ ਉੱਥੋਂ ਦੀ ਨੋਟ ਕਰਾਂਗੀ ਆਮ ਚ ਪੇਨ ਹੁੰਦਾ ਕਿਹੜੀ ਜਗ੍ਹਾ ਤੇ ਲੈਗਸ ਵਿੱਚ ਬਹੁਤ ਪੇਨ ਹੈ ਕੋਈ ਗੱਲ ਨਹੀਂ ਸਰਵਾਈਕਲ ਨਾਲ ਵੀ ਹਾਈ ਹੁੰਦਾ ਨਾਲ BP ਹਾਈ ਹੁੰਦਾ ਨਹੀਂ ਹੋਏਗਾ ਜਸਟ ਟ੍ਰਾਈ ਦਿਸ ਜੋ ਮੈਂ ਯੋਗਾ ਆਸਨ ਦੱਸੇ ਉਹ ਕਰੋ ਆਪਣੇ ਯੋਗਾ ਆਸਨ ਹੁਣੇ ਕਰਨੇ ਸ਼ੁਰੂ ਕਰੋ ਤੁਸੀਂ ਦੇਖਿਓ ਕਿ ਤੁਹਾਨੂੰ ਹੁਣੇ ਤੋਂ ਹੀ ਰਿਲੀਫ ਮਿਲਣਾ ਸ਼ੁਰੂ ਹੋ ਜਾਏਗਾ ਕਿਉਂਕਿ ਆਪਾਂ ਦੈਨ ਡਾਇਟ ਵਿੱਚ ਤੁਸੀਂ ਪਾਲਕ ਬਰੋਕਲੀ ਅਗਰ ਤੁਹਾਨੂੰ ਥਾਇਰੋਇਡ ਹੈ ਬਰੋਕਲੀ ਦੀ ਜਗ੍ਹਾ ਤੁਸੀਂ ਕੇਲ ਲੈ ਸਕਦੇ ਹੋ ਕੇਲ ਨਹੀਂ ਮਿਲੇਗਾ ਪਾਲਕ ਲੈ ਸਕਦੇ ਹੋ ਤੁਸੀਂ ਹਰੀਆਂ ਸਬਜ਼ੀਆਂ ਵੱਧ ਤੋਂ ਵੱਧ ਐਡ ਕਰੋ ਔਰ ਇੱਕ ਡਰਿੰਕ ਵਨ ਮੈਜੀਕਲ ਡਰਿੰਕ ਵਿਲ ਗਿਵ ਯੂ ਰਿਲੀਫ ਤੁਹਾਨੂੰ ਬਿਲਕੁਲ ਰਿਲੀਫ ਮਿਲਣਾ ਸ਼ੁਰੂ ਹੋ ਜਾਏਗਾ ਚੈਰੀ ਡਰਿੰਕ ਚੈਰੀ ਜਿਹੜੀ ਹੁੰਦੀ ਹੈ ਨਾ ਚੈਰੀ ਆਪਾਂ ਖਾਂਦੇ ਹਾਂ ਚੈਰੀ ਦਾ ਜੂਸ ਪੀਣਾ ਸ਼ੁਰੂ ਕਰੋ ਚੈਰੀ ਦਾ ਜੂਸ ਸ਼ੁਰੂ ਕਰੋ ਇੱਕ ਮਹੀਨਾ ਤੁਸੀਂ ਚੈਰੀ ਦਾ ਜੂਸ ਪੀਣਾ ਉਹਦੇ ਚ ਕੋਈ ਮਿੱਠਾ ਨਹੀਂ ਐਡ ਕਰਨਾ ਕੋਈ ਤੁਸੀਂ ਆਈਸ ਨਹੀਂ ਐਡ ਕਰਨੀ ਨਾ ਬਰਫ਼ ਐਡ ਕਰਨੀ ਹੈ ਨਾ ਮਿੱਠਾ ਐਡ ਕਰਨਾ ਨਾ ਨਮਕ ਐਡ ਕਰਨਾ ਚੈਰੀਆਂ ਦਾ ਤੁਸੀਂ ਜੂਸ ਕੱਢ ਲਓ ਭਾਵੇਂ ਇੰਨਾ ਕੱਢ ਲਓ ਜਿੰਨਾ ਕੁ ਨਿਕਲਦਾ ਚੈਰੀ ਖਾ ਵੀ ਸਕਦੇ ਹੋ ਅੱਜ ਕੱਲ੍ਹ ਤਾਂ ਸਾਨੂੰ ਬੰਬੇ ਮਿਲਦੀ ਨਹੀਂ ਪਈ ਮੈਂ ਲੱਭ ਰਹੀ ਸੀਗੀ ਚੈਰੀ ਦੇ ਨਾਲ ਤੁਹਾਨੂੰ ਪਤਾ ਸਾਨੂੰ ਸਾਡਾ ਮਾਇੰਡ ਬੜੀ ਜਲਦੀ ਰਿਲੈਕਸ ਹੁੰਦਾ ਸਾਡੇ ਮਸਲਸ ਰਿਲੈਕਸ ਹੁੰਦੇ ਆ ਤੇ ਸਾਨੂੰ ਨੀਂਦ ਬੜੀ ਵਧੀਆ ਆਉਂਦੀ ਹੈ ਜਿਨ੍ਹਾਂ ਨੂੰ ਵੀ ਨੀਂਦ ਨਹੀਂ ਆਉਂਦੀ ਮੇਰੀਆਂ ਭੈਣਾਂ ਦੇਸ਼ ਵਿਦੇਸ਼ ਜਿੱਥੇ ਵੀ ਬੈਠੀਆਂ ਮੇਰੀਆਂ ਵੀਡੀਓਜ਼ ਨੂੰ ਦੇਖ ਰਹੇ ਆ ਚੈਰੀ ਦਾ ਜੂਸ ਪੀਣਾ ਸ਼ੁਰੂ ਕਰੋ ਜਾਂ ਚੈਰੀਆਂ ਖਾਣੀ ਸ਼ੁਰੂ ਕਰੋ ਤੁਸੀਂ ਦੇਖੋਗੇ ਕਿ ਤੁਹਾਡੇ ਜਿਹੜੇ ਮਸਲਸ ਹੈ ਰਿਲੈਕਸ ਹੋ ਗਿਆ ਤੁਹਾਨੂੰ ਨੀਂਦ ਬੜੀ ਸੋਹਣੀ ਆਉਂਦੀ ਸਕਿਨ ਤੇ ਗਲੋ ਕਰੇਗੀ ਕਰੇਗੀ ਨੈਕ ਪੇਨ ਸ਼ੋਲਡਰ ਪੇਨ ਅਪਰ ਬੈਕ ਪੇਨ ਲੋਅਰ ਬੈਕ ਪੇਨ ਪਲੀਜ਼ ਡੂ ਦਿਸ ਐਂਡ ਤੁਸੀਂ ਦੇਖੋਗੇ ਕਿ ਯੈਸ ਅਸਮਾ ਲਈ ਵੀ ਆਪਾਂ ਯੋਗਾ ਕਰਾਂਗੇ ਤੁਹਾਨੂੰ ਬਹੁਤ ਫਰਕ ਪਏਗਾ ਥੈਂਕ ਯੂ ਜੀ ਇੰਨਾ ਪਿਆਰ ਦੇਣ ਲਈ ਜੀ ਲਵ ਯੂ ਤੁਹਾਨੂੰ ਸਾਰਿਆਂ ਨੂੰ ਓਕੇ ਬਿਲਕੁਲ ਆਪਣੇ ਭੈਣਾਂ ਲਈ ਨਹੀਂ ਕਰਨਾ ਤਾਂ ਕਿਹਦੇ ਲਈ ਕਰਨਾ ਥੈਂਕ ਯੂ ਨਹੀਂ ਕਹੀਦਾ ਹੁੰਦਾ ਭੈਣਾਂ ਨੂੰ ਸ਼ੂਗਰ ਬਾਰੇ ਦੱਸੋ ਵਿੱਚ ਬਲੱਡ ਘੱਟ ਰਿਹਾ ਕਿਵੇਂ ਪੂਰਾ ਕਰੀਏ ਆਇਰਨ ਵਾਲੀਆਂ ਚੀਜ਼ਾਂ ਲੋੜੀਆਂ ਪਾਲਕ ਪਪੀਤਾ ਅਨਾਰ ਇਹ ਸਾਰੀਆਂ ਚੀਜ਼ਾਂ ਨੂੰ ਡਾਇਟ ਵਿੱਚ ਐਡ ਕਰੋ ਸੀ ਸੈਕਸ਼ਨ ਤੋਂ ਬਾਅਦ ਬੈਕ ਪੇਨ ਹੋ ਰਹੀ ਹੈ ਕੋਈ ਗੱਲ ਨਹੀਂ ਜਿਹੜੇ ਅੱਜ ਮੈਂ ਯੋਗਾ ਆਸਨ ਦੱਸਿਆ ਇਹਨੂੰ ਯੂਟਿਊਬ IMGC ਤੇ ਜਾ ਕੇ ਦੇਖੋ ਔਰ ਇਹਨੂੰ ਤੁਸੀਂ ਫੋਲੋ ਕਰੋ ਇਹਨੂੰ ਤੁਸੀਂ ਹਰ ਰੋਜ਼ ਕਰਨਾ ਸ਼ੁਰੂ ਕਰੋ ਪਲੱਸ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਯੂਟਿਊਬ ਤੋਂ ਬਾਅਦ ਯੂਟਿਊਬ IMGC ਦੇ ਨਾਲ ਨਾਲ ਤੁਸੀਂ ਮੇਰੀ ਵੈਬਸਾਈਟ www.counselingwithgc.com ਤੇ ਜਾਣਾ ਹੈ ਔਰ ਤੁਸੀਂ ਉੱਥੇ ਆਪਣੀਆਂ ਸਾਰੀਆਂ ਪ੍ਰੋਬਲਮਸ ਲਿਖਣੀਆਂ ਉੱਥੇ ਜੋ ਵੀ ਤੁਸੀਂ ਅਵੇਲ ਕਰਨਾ ਚਾਹੁੰਦੇ ਹੋ ਤੁਸੀਂ ਅਵੇਲ ਕਰ ਸਕਦੇ ਹੋ ਐਂਡ ਪਲੱਸ ਡੋਂਟ ਫੋਰਗੇਟ ਕਿ 16 ਸਪਟੰਬਰ ਸ਼ਾਮੀ 7:30 ਲਾਈਵ ਵੈਬੀਨਾਰ ਵਿੱਚ ਸਾਡੇ ਨਾਲ ਸਪੈਸ਼ਲ ਗੈਸਟ ਆ ਰਿਹਾ ਤੁਸੀਂ ਸਾਰੇ ਉਹਨਾਂ ਨੂੰ ਦੇਖ ਕੇ ਕਹੋਗੇ ਵਾਓ 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 ਸੋ ਸਾਰੇ ਜਣੇ ਤਿਆਰ ਹੋ ਜਾਓ ਸਪੈਸ਼ਲ ਗੈਸਟ ਲਈ ਵੀ ਔਰ ਮੈਂ ਤੁਹਾਨੂੰ ਆਪ ਪਰਸਨਲੀ ਮਿਲਾਂਗੀ ਇਸ ਤੋਂ ਵੱਡੀ ਕਿਹੜੀ ਖੁਸ਼ੀ ਹੋ ਸਕਦੀ ਹੈ ਸੋ ਸਾਰੀਆਂ ਭੈਣਾਂ ਫਟਾਫਟ ਤਿਆਰ ਹੋ ਜਾਓ ਆਪਣੀਆਂ ਪ੍ਰੋਬਲਮ ਵਟਸਐਪ ਨੰਬਰ ਤੇ ਲਿਖ ਕੇ ਭੇਜੋ ਜਿਨ੍ਹਾਂ ਨੇ ਵੈਬੀਨਾਰ ਬੁੱਕ ਕੀਤਾ ਪਲੱਸ ਆਪਣੇ ਵੀ ਤੁਸੀਂ ਨੋਟਸ ਬਣਾ ਕੇ ਰੱਖੋ ਤੁਸੀਂ ਕੀ ਪੁੱਛਣਾ ਕਈ ਵਾਰੀ ਕੀ ਹੁੰਦਾ ਨਾ ਵੈਬੀਨਾਰ ਸਾਨੂੰ ਬੜਾ ਘੱਟ ਟਾਈਮ ਮਿਲਦਾ ਤੇ ਸਾਡੇ ਦਿਮਾਗ ਜਿਹੜੀਆਂ ਗੱਲਾਂ ਹੁੰਦੀਆਂ ਅਸੀਂ ਭੁੱਲ ਜਾਂਦੇ ਜੇ ਪੇਪਰ ਤੇ ਲਿਖੀਆਂ ਆਉਣਗੀਆਂ ਤੁਸੀਂ ਅੱਜ ਲਿਖ ਕੇ ਰੱਖ ਲਓਗੇ ਤੁਸੀਂ ਦੱਸੋ ਦੀਦੀ ਮੈਨੂੰ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਇੰਨੇ ਸਾਲਾਂ ਤੋਂ ਇਹ ਹੈ ਇੱਦਾਂ ਇੱਦਾਂ ਇੱਦਾਂ
ਸੋ ਮੈਂ ਵੀ ਉਸ ਟਾਈਮ ਤੁਹਾਨੂੰ ਆਨਸਰ ਕਰ ਸਕਦੀ ਹਾਂ ਬਟ ਵਟਸਐਪ ਤੇ ਆਪਣੀਆਂ ਪ੍ਰੋਬਲਮਸ ਵੀ ਜਲਦੀ ਤੋਂ ਜਲਦੀ ਲਿਖ ਕੇ ਭੇਜੋ ਵੈਬੀਨਾਰ ਆਨਲਾਈਨ ਹੋਏਗਾ ਡੀਅਰ ਆਨਲਾਈਨ ਵੈਬੀਨਾਰ ਜ਼ੂਮ ਮੀਟਿੰਗ ਤੇ ਲਵ ਯੂ ਟੂ ਕੁਲਦੀਪ ਸੋ ਆਈ ਹੋਪ ਤੁਹਾਨੂੰ ਅੱਜ ਦਾ ਸਰਵਾਈਕਲ ਪੇਨ ਬੈਕ ਪੇਨ ਲੋਅਰ ਬੈਕ ਅਪਰ ਬੈਕ ਸ਼ੋਲਡਰ ਪੇਨ ਇਹ ਵੀਡੀਓ ਨੂੰ ਤੁਹਾਡੇ ਲਈ ਬੈਨੀਫਿਸ਼ਰੀ ਹੋਏਗਾ ਤੁਸੀਂ ਇਹਨੂੰ ਦੇਖੋਗੇ ਔਰ ਤੁਹਾਨੂੰ ਖੁਦ ਅੱਛਾ ਲੱਗੇਗਾ ਔਰ ਤੁਹਾਨੂੰ ਲੱਗੇਗਾ ਕਿ ਯੈਸ ਇਨਫੋਰਮੇਟਿਵ ਸੀਗਾ ਇਹ ਔਰ ਤੁਸੀਂ ਪਲੀਜ਼ ਇਹਨਾਂ ਸਾਰਿਆਂ ਨੂੰ ਫੋਲੋ ਕਰੋ ਪਲੱਸ ਡੋਂਟ ਫੋਰਗੇਟ ਟੂ ਡੂ ਦਿਸ ਪ੍ਰੈਸਿੰਗ ਐਂਡ ਮਸਾਜ ਵਿਦ ਯੋਰ ਦਿਸ ਪਾਰਟ ਸੋ ਲਵ ਯੂ ਆਲ ਟੇਕ ਕੇਅਰ ਵੈਨਸਡੇ ਨੂੰ ਆਪਾਂ ਮਿਲਾਂਗੇ ਕਿਸ ਟੌਪਿਕ ਤੇ ਮੈਂ ਕੱਲ੍ਹ ਪੋਸਟ ਕਰਾਂਗੀ ਤੁਹਾਡੇ ਜੋ ਵੀ ਪ੍ਰੋਬਲਮਸ ਹੈ ਜੋ ਵੀ ਤੁਹਾਡੀਆਂ ਕੁਆਰੀਜ਼ ਹੈ ਇਸ ਵੀਡੀਓ ਦੇ ਨੀਚੇ ਕਮੈਂਟਸ ਵਿੱਚ ਆਪਣੀਆਂ ਪ੍ਰੋਬਲਮ ਜ਼ਰੂਰ ਦੱਸੋ ਕਦੀ ਕਿਸੇ ਇੱਕ ਦਾ ਪ੍ਰੋਬਲਮ ਮੇਰੇ ਨੈਕਸਟ ਟੌਪਿਕ ਬਣ ਜਾਂਦਾ ਉਸ ਹਰ ਟੌਪਿਕ ਤੇ ਮੈਂ ਵੀਡੀਓ ਲੈ ਕੇ ਆਵਾਂਗੀ ਬਟ ਤੁਸੀਂ ਮੈਨੂੰ ਆਪਣੀਆਂ ਪ੍ਰੋਬਲਮਸ ਲਿਖ ਕੇ ਭੇਜੋ ਛੋਟੀ ਪ੍ਰੋਬਲਮ ਹੈ ਵੱਡੀ ਪ੍ਰੋਬਲਮ ਹੈ ਤੁਹਾਨੂੰ ਤੁਹਾਡੇ ਮੰਮਾ ਨੂੰ ਪਾਪਾ ਨੂੰ ਕਿਸੇ ਨੂੰ ਵੀ ਪ੍ਰੋਬਲਮ ਹੈ ਸੋ ਸੀ ਯੂ ਆਲ ਔਨ ਵੈਨਸਡੇ ਬਾਏ ਬਾਏ